ਕਿ ਸਾਰਿਆਂ ਨਾਲ ਠੀਕ ਆ ਮੈਂ ਇੱਕ ਹਾਂ ਮੈਂ ਇੱਕ ਕਲਿੱਪ ਪਾਈ ਸੀਗੀ ਕਿ ਹਾਂ ਯੇ ਵੋ ਹਾਂ ਮੈਂ ਉਹਦਾ ਥੋੜਾ ਜਿਹਾ ਲਾਈਕ ਮਜ਼ਾਕ ਉਡਾਤਾ ਕਿ ਆਈ ਲਾਈਕ ਇਟ ਯੇ ਵੋ ਮੈਂ ਹਾਂ ਥੋੜਾ ਜਿਹਾ ਕੀਤਾ ਰਾਈਟ ਉਹਦੇ 'ਚ ਕਿੱਡੀ ਕੁ ਵੱਡੀ ਗੱਲ ਆ ਜੇ ਆਪਾਂ ਕਿਸੇ ਦੇ ਗਾਣੇ ਨੂੰ ਨਹੀਂ ਪਸੰਦ ਕਰ ਰਹੇ ਅੱਗਿਓਂ ਉਹਨੇ ਕੀ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਉਹਨੂੰ ਮੈਂਟਲੀ ਡਿਸਟਰਬ ਨਹੀਂ ਸੀ ਕੀਤਾ ਮੈਂ ਉਹਨੂੰ ਮੈਂਟਲੀ ਹਰਟ ਨਹੀਂ ਸੀ ਕੀਤਾ ਬਿਲਕੁਲ ਵੀ ਉਹ ਕੁੜੀ ਇਦਾਂ ਇਦਾਂ ਤੇ ਫਿਰ ਜੇ ਇੰਨੀ ਵਧੀਆ ਪਰਵਰਿਸ਼ ਦਿੱਤੀ ਆ ਫਿਰ ਆ ਕੀ ਕਰਾ ਰਹੀ ਆ ਆ ਕੀ ਕਰਾ ਰਹੀ ਆ ਕੁੱਤਿਆਂ ਨਾਲ ਫੋਟੋ ਲਵਾ ਰਹੀ ਆ ਮੇਰੀ ਸ਼ਹਿਨਾਜ਼ ਗਿੱਲ ਜੱਟ ਵੀ ਲਾਈਕ ਆ ਦੇਖੋ ਮੰਜੇ ਤੇ ਪਤਾ ਨਹੀਂ ਕੀ ਕੰਮ ਲੋਟ ਨਹੀਂ ਵਟ ਇਜ਼ ਦਿਸ ਆ ਕੀ ਕਰਾ ਰਹੀ ਆ ਜੇ ਉਹ ਐਡੀ ਆ ਤੇ ਇਹਦੀ ਫੋਟੋ ਕਿਉਂ ਲੀਕ ਕਰਵਾਈ ਐਡੀ ਦੀ ਆ ਕਿੰਨੀ ਗੰਦੀ ਫੋਟੋ ਆ ਐਂਡ ਇਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿਹਦੇ ਫੋਨ 'ਚ ਹੀ ਰਾਜਨ ਪੱਸੀ ਦੇ ਫੋਨ 'ਚ ਸੀਗੀ ਇਹ ਫੋਟੋ ਇਹ ਫੋਟੋ ਉਹਦਾ ਲੀਕ ਕਰਵਾਉਣ ਦਾ ਕੋਈ ਮਤਲਬ ਸੀਗਾ ਮੈਂਟਲੀ ਹਰਟ ਕੀਤਾ ਉਹਨੇ ਸਾਰਿਆਂ ਨੂੰ ਠੀਕ ਆ ਸਾਡੇ ਘਰਦਿਆਂ ਨੇ ਸਾਨੂੰ ਇੰਨੀ ਕੁ ਮੱਤ ਦਿੱਤੀ ਹੋਈ ਆ ਕਿ ਅਸੀਂ ਜੇ ਕਿਸੇ ਬਾਰੇ ਬੋਲਦੇ ਵੀ ਆ ਨਾ ਬਟ ਅਸੀਂ ਕਿਸੇ ਨੂੰ ਮੈਂਟਲੀ ਕਦੀ ਹਰਟ ਨਹੀਂ ਕੀਤਾ ਤੁਸੀਂ ਤਾਂ ਬਹੁਤ ਗੰਦਾ ਬੋਲ ਕਰਨ ਨੂੰ ਕੌਣ ਨਹੀਂ ਕਿਹਦੇ ਕੋਲ ਪਾਵਰ ਨਹੀਂ ਹੈਗੀ ਅੱਜ ਕੱਲ੍ਹ ਕੌਣ ਨਹੀਂ ਕੀ ਕਰਾ ਸਕਦਾ ਸਾਰੇ ਕਰਾ ਸਕਦੇ ਆ ਬਟ ਅਸੀਂ ਤਾਂ ਇੱਦਾਂ ਦਾ ਕੁਛ ਕੀਤਾ ਹੀ ਨਹੀਂ ਉਹਨੇ ਆਪਦੀ ਔਕਾਤ ਦਿਖਾਤੀ ਐਂਡ ਮੈਂ ਔਕਾਤ ਕਦੋਂ ਦਿਖਾਈ ਆ ਉਹਦੀ ਵੀਡੀਓ ਤੋਂ ਬਾਅਦ ਪਹਿਲਾਂ ਮੈਂ ਜੱਟ ਦੇਖਿਆ ਐਂਡ ਮੈਂ ਉਦੋਂ ਜੱਟ ਵੀ ਲਾਈਕ ਵਾਲੇ ਨੂੰ ਫੋਲੋ ਵੀ ਕੀਤਾ ਐਂਡ ਮੈਂ ਇਹਨੂੰ ਇਹ ਦਿਖਾਉਣਾ ਚਾਹਿਆ ਕਿ ਲਾਈਕ ਜੇ ਤੈਨੂੰ ਸਪੋਰਟ ਕਰਦੇ ਆ ਤਾਂ ਮੈਨੂੰ ਵੀ ਕਰਦੇ ਆ ਮੈਂ ਅੱਜ ਤੱਕ ਸਹੁੰ ਲੱਗੇ ਮਹਾਰਾਜ ਦੀ ਕਿ ਮੈਂ ਅੱਜ ਤੱਕ ਕਿਸੇ ਨੂੰ ਫਿਜ਼ੀਕਲੀ ਹਰਟ ਨਹੀਂ ਕੀਤਾ ਚੱਲ ਠੀਕ ਆ ਡਨ ਤੂੰ ਕਹਿੰਦੀ ਆ ਕਿ ਰਾਜਨ ਕੋਲ ਮੇਰਾ ਬਹੁਤ ਕੁਛ ਪਿਆ ਵਾ ਰਾਜਨ ਕੋਲ ਮੇਰੀਆਂ ਰਿਕਾਰਡਿੰਗਸ ਪਈਆਂ ਵਾ ਠੀਕ ਆ ਜੇ ਤੁਸੀਂ ਮੈਂ ਤੁਹਾਨੂੰ ਗੱਲ ਕਲੀਅਰ ਕਰਨਾ ਚਾਹੁੰਦੀ ਆਪਦਾ ਭੇਤ ਆਪਦੇ ਸਕੇ ਨੂੰ ਵੀ ਨਾ ਦਿਓ ਕਿਉਂਕਿ ਇੱਥੇ ਪਤਾ ਕੀ ਰੂਲ ਆ ਜੇ ਤੁਸੀਂ ਆਪਦਾ ਭੇਤ ਦੇ ਦਿੰਦੇ ਹੋ ਨਾ ਉਹ ਮਜ਼ਾਕ ਬਣ ਜਾਂਦਾ ਹੁਣ ਰਾਜਨ ਪਸੀ ਮੇਰੇ ਨਾਲ ਉੱਠਿਆ ਬੈਠਿਆ ਉਹ ਚੀਜ਼ ਦਾ ਹਮੇਸ਼ਾ ਮਜ਼ਾਕ ਹੀ ਬਣੂਗਾ ਐਂਡ ਮੈਂ ਉਹਦੇ ਨਾਲ ਇੰਨੀ ਕੁ ਵਧੀਆ ਸੀ ਰਾਜਨ ਨਾਲ ਨਾ ਐਂਡ ਉਹਨੇ ਬਹੁਤ ਬਕਵਾਸ ਕੀਤੀ ਆ ਮੇਰੇ ਬਾਰੇ ਉਹਨੇ ਇਹ ਕਿਹਾ ਵੀ ਮੈਂ ਸ਼ੂਟ ਤੇ ਗਈ ਹੋਟਲ ਚ ਐਂਡ ਇੰਨੇ ਮੈਨੂੰ ਕਢਵਾਇਆ ਇੰਨੇ ਗਰੀਬ ਨੇ ਆਪਣੇ ਘਰੇ ਰੱਖਿਆ ਹੈ ਤੇ ਏਦਾਂ ਏਦਾਂ ਗੱਲਾਂ ਕੀਤੀਆਂ ਏਦਾਂ ਦਾ ਕੁਛ ਨਹੀਂ ਸੀ ਹੋਇਆ ਮੈਂ ਇੱਕ ਮੂਵੀ ਸ਼ੂਟ ਤੇ ਗਈ ਸੀਗੀ ਐਂਡ ਮੇਰੇ ਆਪਣਿਆਂ ਦੇ ਮੂਵੀ ਸ਼ੂਟ ਤੇ ਗਈ ਸੀ ਐਂਡ ਮੈਂ ਤੀਆ ਮੇਰੇ ਘਰਦਿਆਂ ਬਾਰੇ ਬੋਲੀ ਆ ਇਹ ਠੀਕ ਆ ਮੇਰੇ ਕਰੈਕਟਰ ਤੇ ਇੰਨੇ ਉਂਗਲ ਉਠਾਈ ਆ ਕਹਿੰਦੀ ਆ ਵੀ ਮੈਂ ਇਹਨੂੰ ਸੜਕ ਤੋਂ ਚੱਕਿਆ ਸੀਰੀਅਸਲੀ ਤੂੰ ਮੈਨੂੰ ਸੜਕ ਤੋਂ ਚੱਕਿਆ ਇਹ ਸੜਕ ਤੋਂ ਚੱਕ ਕੇ ਲਿਆਈ ਸੀ ਐਡਾ ਤਾਂ ਲਾਈਕ ਐਡੀ ਗੱਲਬਾਤ ਨਹੀਂ ਹੈਗੀ ਕਿਸੇ ਚ ਵੀ ਜਿੰਨੀ ਇਹ ਨਾ ਹੀ ਮੇਰਾ ਜ਼ਮੀਰ ਮੰਨਦਾ ਤੇ ਨਾ ਹੀ ਮੈਂ ਕਦੀ ਇਹੋ ਜਿਹੇ ਕੰਮ ਕੀਤੇ ਆ ਠੀਕ ਆ ਸੋ ਮੈਂ ਇੱਕੋ ਗੱਲ ਕਹੂੰਗੀ ਕਿ ਚਲੋ ਵਧੀਆ ਤੁਸੀਂ ਸਿੰਪਥੀ ਗੇਨ ਕੀਤੀ ਲੋਕਾਂ ਤੋਂ ਬਹੁਤ ਵਧੀਆ ਗੱਲ ਆ ਬਟ ਮੈਨੂੰ ਮੈਂ ਚੁੱਪ ਕਰ ਗਈ ਸੀ ਪਰ ਮੈਂ ਉਦੋਂ ਬੋਲਣਾ ਸ਼ੁਰੂ ਕੀਤਾ ਜਦੋਂ ਐਡੀ ਦੀ ਗੰਦੀ ਫੋਟੋ ਪਾਈ ਆ ਤੁਸੀਂ ਜਦੋਂ ਗੱਲ ਕਹੂੰਗੀ ਇਹ ਕੁੜੀ ਨੇ ਜਦੋਂ ਮੇਰੇ ਬਾਰੇ ਬੋਲੀ ਆ ਠੀਕ ਆ ਮੈਂ ਉਦੋਂ ਉਹਦੇ ਚੀਜ਼ਾਂ ਦੇ ਰਿਪਲਾਈ ਕੀਤੇ ਆ ਸਨੈਪਚੈਟ ਤੇ ਮੈਂ ਬਿਲਕੁਲ ਵੀ ਮੈਂਟਲੀ ਇਹਨੂੰ ਟੋਰਚਰ ਨਹੀਂ ਕੀਤਾ ਹਰਟ ਨਹੀਂ ਕੀਤਾ ਕਿਉਂਕਿ ਅਸੀਂ ਇੱਦਾਂ ਦੇ ਨਹੀਂ ਆ ਇਹਦੇ ਘਰਦਿਆਂ ਨੇ ਪਤਾ ਨਹੀਂ ਘਰੇ ਕਾਹਤੋਂ ਭੇਜੂਗੇ ਤੁਸੀਂ ਤੁਹਾਡੇ ਤੋਂ ਕੀ ਪਰੂਫ ਆ ਪੁਲਿਸ ਭੇਜੂਗੇ ਵੀ ਇਹਦੀਆਂ ਸਾਡੇ ਕੋਲ ਰਿਕਾਰਡਿੰਗਾਂ ਪਈਆਂ ਵਾ ਇਸ ਕਰਕੇ ਸੋਸ਼ਲ ਮੀਡੀਆ ਇਜ਼ ਓਪਨ ਫੋਰ ਐਵਰੀ ਵਨ ਠੀਕ ਆ ਮੰਨਦੇ ਹਾਂ ਬਟ ਇੰਨਾ ਜ਼ਿਆਦਾ ਨਾ ਟੋਰਚਰ ਕਰੋ ਕਿ ਲਾਈਕ ਰਾਜਨ ਨੇ ਤੇਰੇ ਬਾਰੇ ਐਂ ਬੋਲਿਆ ਉਹ ਗੱਲਾਂ ਸਿਰਫ ਰਾਜਨ ਨੂੰ ਪਤਾ ਸੀਗਾ ਰਾਜਨ ਇੱਕ ਸਿਰਫ ਰਾਜਨ ਕੋ ਮੇਰਾ ਸਭ ਕੁਛ ਸੀਗਾ ਮਤਲਬ ਮੇਰੀਆਂ ਗੱਲਾਂ ਮੈਂ ਜਿਹੜੀ ਵੀ ਗੱਲ ਕਰਨੀ ਉਹਦੇ ਨਾਲ ਕਰਨੀ ਜੇ ਕੁਛ ਪੁੱਛ ਕੇ ਕਰਨਾ ਮਤਲਬ ਮੈਂ ਰਾਜਨ ਦੇ ਬਿਨਾਂ ਲਾਈਕ ਕੋਈ ਵੀ ਜੇ ਮੈਨੂੰ ਦੁੱਖ ਸੁੱਖ ਮੈਂ ਉਹਨੂੰ ਫੋਨ ਕਰਨਾ ਰਾਈਟ ਬਟ ਮੈਨੂੰ ਨਹੀਂ ਸੀ ਪਤਾ ਵੀ ਇਹ ਚੀਜ਼ ਦਾ ਫਾਇਦਾ ਚੱਕਿਆ ਜਾਊਗਾ ਸੀਰੀਅਸਲੀ ਚਲੋ ਕੋਈ ਚੱਕਰ ਨਹੀਂ ਡਰਦੀ ਨਹੀਂ ਮੈਂ ਕਿਸੇ ਤੋਂ ਪਰ ਆਹ ਚੀਜ਼ ਹਮੇਸ਼ਾ ਯਾਦ ਰਹੂਗੀ ਵੀ ਇੱਕ ਚੀਜ਼ ਅੱਜ ਪਰੂਫ ਹੋ ਗਈ ਕਿ ਕਿਸੇ ਤੇ ਇੰਨਾ ਭਰੋਸਾ ਨਾ ਕਰੋ ਚਾਹੇ ਕੋਈ ਤੁਹਾਡਾ ਆਪਣਾ ਵੀ ਆ ਨਾ ਉਹਨੂੰ ਆਪਦਾ ਇੰਨਾ ਭੇਤ ਨਾ ਦਿਓ ਉਹਨਾਂ ਕੋਈ ਦੁੱਖ ਸੁੱਖ ਨਾ ਸ਼ੇਅਰ ਕਰੋ ਕਿ ਕੱਲ੍ਹ
ਆ ਮੈਂ ਥੋੜਾ ਜਿਹਾ ਮਜ਼ਾਕ ਉਡਾਤਾ ਉਹਦਾ ਹੈਨਾ ਉਹਦੇ ਗਾਣੇ ਨੂੰ ਲੈ ਕੇ ਇਹਦਾ ਮਤਲਬ ਇਹ ਨਹੀਂ ਤੂੰ ਵੀ ਮੈਨੂੰ ਉਦਾਂ ਦਾ ਰਿਪਲਾਈ ਕਰ ਤੂੰ ਤਾਂ ਇਹੋ ਜਿਹੀ ਆਈ ਕਿ ਤੂੰ ਸੀਰੀਅਸਲੀ ਮੈਨੂੰ ਆਹ ਲੈਂਗੁਏਜ ਬੋਲਦੇ ਹੋਏ ਬਹੁਤ ਜ਼ਿਆਦਾ ਆਈ ਐਮ ਰੀਅਲੀ ਸੋਰੀ ਮੈਨੂੰ ਅੱਜ ਬੋਲਦੇ ਹੋਏ ਗੁੱਸਾ ਬਟ ਮੈਂ ਐਕਚੁਅਲ 'ਚ ਗੁੱਸੇ 'ਚ ਹਾਂ ਇੱਕ ਆ ਕੱਦੂ ਜੇ ਮੂੰਹ ਵਰਗੀ ਠੀਕ ਹੈ ਨਾ ਇਹੋ ਜਿਹੇ ਸੀਰੀ ਰੱਖੇ ਹੋਏ ਨੇ ਅਸੀਂ ਪਿੰਡ ਜਿਹੜਾ ਬਕਵਾਸ ਕਰਦਾ ਪੁੱਤ ਤੂੰ ਇੰਡੀਆ ਆਈ ਇੱਥੇ ਅਮੈਰੀਕਾ 'ਚ ਬੈਠੇ ਤੈਨੂੰ ਲੱਗਦਾ ਹੈ ਇੱਕ 3 ਲੱਖ ਦੇ ਪੇਜ ਦੇ ਉੱਤੇ ਤੂੰ ਲਾਈਵ ਹੋ ਕੇ ਬਕਵਾਸ ਕਰਦਾ ਕੁੱਕੂ ਕੁੱਕੂ ਸਾਲਾ ਤੂੰ ਉੱਤਰ ਤੂੰ ਇੰਡੀਆ ਉੱਤਰ ਤੈਨੂੰ ਮੈਂ ਦੱਸੂ ਕੁੱਕੂ ਕੀ ਹੁੰਦਾ ਦੇਸੀ ਵੀ ਲਾਈਕ ਵਾਲੇ ਨੇ ਤੇਰੀ ਐਸੀ ਤੈਸੀ ਫੇਰੀ ਸੀਗੀ ਨਾ 4 ਪੇਜਾਂ ਦੀ ਤੂੰ ਕਹਿੰਦਾ ਕਿ ਮੈਂ 4 ਪੇਜਾਂ ਵਾਲਿਆਂ ਦੇ ਸਿਰ ਤੇ ਟੱਪਦੀ ਹਾਂ ਮੈਂ ਉਹਨਾਂ ਨੂੰ ਐਂਟਰਟੇਨ ਕਰਦੀ ਹਾਂ ਮੈਂ ਪੇਜਾਂ ਵਾਲਿਆਂ ਨਾਲ ਨਾ ਰਾਤ ਨੂੰ 3-3 ਵਜੇ ਲਾਈਵ ਹੋ ਕੇ ਲੋਲੋ ਪੋਪੋ ਨਹੀਂ ਕਰਦੀ ਜਿੱਦਾਂ ਉਹ ਕਰ ਰਹੀ ਹੈ ਉਹੇ ਜਿਹੀਆਂ ਤਲਵੇ ਚੱਟਦੀਆਂ ਹੋਣਗੀਆਂ ਤੇਰੀਆਂ ਅਸੀਂ ਨਹੀਂ ਚੱਟਦੇ ਇੰਡੀਆ ਪਹੁੰਚ ਤਾਂ ਸਹੀ ਉੱਥੇ ਬੈਠ ਕੇ ਲਾਈਵ ਹੋ ਕੇ ਨਾ ਕਾਇਰ ਗੱਲ ਕਰਦੇ ਔਰ ਜਨਾਨੀਆਂ ਤੇ ਜ਼ੋਰ ਚੱਲਦਾ ਹੁੰਦਾ ਬੰਦਿਆਂ ਨਾਲ ਖਹਿ ਕੇ ਦੇਖੇ ਤੈਨੂੰ ਬੰਦਿਆਂ ਨਾਲ ਟਕਰਾਉਂਗੇ ਜਿਹੜਾ ਦੇਖੋ ਜੇ ਉੱਠ ਕੇ ਤੈਨੂੰ ਇੱਦਾਂ ਲੱਗਦਾ ਕਿ ਮੈਂ ਤੈਨੂੰ ਇਗਨੋਰ ਕੀਤਾ ਸੀਰੀਅਸਲੀ ਪੂਰੀ ਇੰਡਸਟਰੀ ਕੋਲ ਤੇਰਾ ਗੰਦ ਇਕੱਠਾ ਹੋਇਆ ਪਿਆ ਫੋਨਾਂ ਦੇ ਵਿੱਚ ਰਿਕਾਰਡਿੰਗਾਂ ਮੈਂ ਪਾਵਾਂ ਨਾ ਅੱਜ ਮੈਂ ਸਵੇਰ ਦੀ ਆਪਣੇ ਆਪ ਨੂੰ ਮੈਂ ਗੁਰੂ ਮਹਾਰਾਜ ਕੋਲ ਅਰਦਾਸਾਂ ਕਰ ਰਹੀ ਹਾਂ ਵੀ ਨਾ 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 ਮੈਂ ਵੀ ਇੱਕ ਕੁੜੀ ਹਾਂ ਪਰ ਤੂੰ ਤੂੰ ਨਹੀਂ ਹਟਣਾ ਮੈਂ ਪਹਿਲੀ ਵਾਰ ਕਿਸੇ ਨੂੰ ਤੂੰ ਤੜਾਕ ਕਰਕੇ ਗੱਲ ਕਰ ਰਹੀ ਹਾਂ ਲੇਕਿਨ ਤੂੰ ਨਹੀਂ ਹਟਣਾ ਰਾਜੇ ਨਾਲ ਹੀ ਵੀ ਤੂੰ ਚਾਲਾਂ ਚੱਲੀ ਹੈ ਵੀ ਤੂੰ ਮੇਰੇ ਨਾਲ ਪੰਗੇ ਲੈ ਰਹੀ ਹੈ ਮੈਂ ਆਪਣੇ ਭਰਾ ਨੂੰ ਮੂਹਰੇ ਨਹੀਂ ਕਰਨਾ ਚਾਹੁੰਦੀ ਚਾਰ 2 ਮਹੀਨੇ ਪਹਿਲੇ ਤੂੰ ਮੇਰੇ ਭਰਾ ਦੇ ਮਗਰ ਪਈ ਹੋਈ ਸੀਗੀ ਵੀ ਤੂੰ ਮੈਨੂੰ ਪਸੰਦ ਹੈ ਤੂੰ ਮੈਨੂੰ ਪਸੰਦ ਹੈ ਉਹਦੇ ਕੋਲੇ ਜਦ ਤੂੰ ਮੇਰੀਆਂ ਬੁਰਾਈਆਂ ਕਰਨ ਲੱਗ ਪਈ ਅਗਲੇ ਨੇ ਤੈਨੂੰ ਲੱਤ ਮਾਰੀ ਤੇਰੇ ਵਰਗੀਆਂ ਕੁੜੀਆਂ ਰੋਜ਼ ਪਤਾ ਨਹੀਂ ਕਿੰਨਿਆਂ ਨਾਲ ਸੌਂਦੀਆਂ ਨੇ ਤੂੰ ਲੈ ਤੂੰ ਚਾਹੁੰਦੀ ਸੀਗੀ ਨਾ ਤੈਨੂੰ ਫੇਮ ਚਾਹੀਦਾ ਤੈਨੂੰ ਫੇਮ ਮਿਲੂਗਾ ਤੂੰ ਪੁੱਤ ਤੇਰੀ ਅੱਖਾਂ ਕੋ ਤੂੰ ਹੁਣ ਸੁੱਤੀ ਪਈ ਹੋਣੀ ਆ ਮੈਨੂੰ ਪਤਾ ਤੂੰ ਮੇਰਾ ਲਾਈਵ ਦੇਖ ਲਈ ਸੁੱਤੀ ਪਈ ਹੋਣੀ ਆ ਸਵੇਰੇ 7 ਵਜੇ ਤੇਰੀ ਅੱਖ ਖੁੱਲੂਗੀ ਨਾ ਤੂੰ ਦੇਖ ਲਈ ਕੋਈ ਬੰਦਾ ਆਰਾਮ ਨਾਲ ਕੰਮ ਕਰ ਰਿਹਾ ਨਾ ਥੋਤੋਂ ਬਰਦਾਸ਼ਤ ਨਹੀਂ ਹੁੰਦਾ ਤੁਹਾਨੂੰ ਚਾਹੀਦਾ ਨੈਗੇਟਿਵ ਫੇਮ ਤੈਨੂੰ ਨੈਗੇਟਿਵ ਫੇਮ ਹੀ ਮਿਲੂਗਾ ਹੁਣ ਤੇਰੇ ਘਰੇ ਪੁਲਿਸ ਵੀ ਪਹੁੰਚੂਗੀ ਠੀਕ ਹੈ ਔਰ ਤੈਨੂੰ ਮੈਂ ਦਿਨੇ ਤਾਰੇ ਦਿਖਾਉਂਗੀ ਹੁਣ ਫੇਮ ਜਿਹਨੂੰ ਜਿਹਨੂੰ ਫੇਮ ਚਾਹੀਦਾ ਨਾ ਉਹਨੂੰ ਹੁਣ ਮੈਂ ਫੇਮ ਦਵਾਉਂਗੀ ਤੁਹਾਡੇ ਵਾਂਗੂ ਨਹੀਂ 10 ਸਾਲ ਤੋਂ ਮਿਹਨਤ ਕਰ ਰਿਹਾ ਤੇਰੇ ਵਾਂਗੂ ਤਾਂ ਮੈਂ ਆਉਣਾ ਹੋਵੇ ਨਾ ਤੇਰੇ ਵਰਗੀ ਇੰਡੀਆ ਬੈਠੀ ਹਾਂ ਮੈਂ ਬੰਦੇ ਮੂਹਰੇ ਲਾ ਲਵਾਂ ਇੱਕਾ ਕੱਦੂ ਜੇ ਮੂੰਹ ਵਰਗਾ ਜਿਹੜਾ ਇੱਥੇ ਅਮੈਰੀਕਾ ਬੈਠਾ ਚੀਕਾਂ ਮਾਰਦਾ ਜੱਟ ਵੀ ਲਾਈਕ ਕੀ ਹੈ ਤੂੰ ਕੀ ਹੈ ਤੇਰੀ ਤੂੰ ਇੰਡੀਆ ਤਾਂ ਪਹੁੰਚ ਤੂੰ ਤੈਨੂੰ ਐਂ ਲੱਗਦਾ ਅਮੈਰੀਕਾ ਦਾ ਵੀਜ਼ਾ ਨਹੀਂ ਲੱਗਦਾ ਸਾਲੇ ਤੂੰ ਪਹੁੰਚ ਤਾਂ ਸਹੀ ਜਦੋਂ 4 ਬੰਦੇ ਤੁਹਾਡੀਆਂ ਪੂੰਛਾਂ ਚੁਕਾਉਂਦੇ ਤੁਸੀਂ ਲੋਲੋ ਪੋਪੋ ਕਰਨੇ ਜਾਣਦੇ ਹੋ ਤੁਹਾਨੂੰ ਲੱਗਦਾ ਜਨਾਨੀਆਂ ਨੂੰ ਤੁਸੀਂ ਦਬਾ ਲਓਗੇ ਅਸੀਂ ਲਈ ਬੰਦਿਆਂ ਨਾਲ ਟੱਕਰੋ ਤੁਹਾਨੂੰ ਫਿਰ ਪਤਾ ਚੱਲੂ ਕੱਢ ਲੈ ਤੂੰ ਕੱਢ ਮੈਨੂੰ ਪਤਾ ਹੁਣ ਤੇਰੇ 'ਚ ਮਿਰਚਾਂ ਲੜਨੀਆਂ ਹੁਣ ਤੂੰ ਕੱਢ ਮੇਰਾ ਜਲੂਸ ਤੂੰ ਵੀ ਆ ਤੂੰ ਉਸ ਚੱਕਰ ਦੇ ਵਿੱਚ ਠੀਕ ਹੈ ਤੂੰ ਉਸ ਚੱਕਰ ਦੇ ਵਿੱਚ ਤੂੰ ਤੂੰ ਉਹ ਨਿਆਣੀ ਮਰਵਾ ਦੇਣੀ ਆ ਠੀਕ ਹੈ ਜਿਹੜੀ ਕਹਿੰਦੀ ਨਾ ਮੈਂ ਸਿੱਧਾ ਬੋਲਦੀ ਸਿੱਧਾ ਐ ਨਹੀਂ ਬੋਲਿਆ ਜਾਂਦਾ ਹੁੰਦਾ ਸਿੱਧੇ ਆ ਜਵਾਕਾਂ ਵਾਲੇ ਕੰਮ ਹੁੰਦੇ ਨੇ ਲਾਈਵ ਆ ਕੇ ਬੋਲਣਾ ਮੈਂ ਹੁਣ ਤੈਨੂੰ ਦੱਸਦੀ ਹੁਣ 2 ਦਿਨਾਂ 'ਚ ਸਾਰੇ ਲੋਕ ਜਲੂਸ ਦੇਖਣਗੇ ਉਹਦਾ ਜਦ ਤੇਰੀ ਪੇਜਾਂ ਵਾਲਿਆਂ ਨੇ ਆ ਕੀ ਮੈਨੂੰ ਤਾਂ ਤੇਰੀ ਸ਼ਕਲ ਦੇਖ ਕੇ ਤੇਰੇ ਤਾਂ 3 ਲੱਖ ਲਾਈਕ ਨੇ ਤਾਂ ਅਗਲੀ ਤੇਰੇ ਨਾਲ ਗੱਲ ਕਰਕੇ ਤੇਰੇ ਵਰਗੇ ਮੂੰਹ 'ਤੇ ਤਾਂ ਕੋਈ ਥੁੱਕੇ ਨਾ ਸੂਰ ਵਰਗਾ ਤੇਰਾ ਮੂੰਹ ਹੈ ਇੱਕ 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 ਸੈਲੀਬ੍ਰਿਟੀ ਦੀ ਇੱਕ ਡੀਸੈਂਸੀ ਹੁੰਦੀ ਆ ਅਸੀਂ ਇਗਨੋਰ ਕਰ ਰਹੇ ਹਾਂ ਬਹੁਤ ਸਾਰੇ ਵਿਚਾਰੀ ਫੀਮੇਲ ਸੈਲੀਬ੍ਰਿਟੀਜ਼ ਨੇ ਬਹੁਤ ਸਿੰਗਰ ਨੇ ਜਿਹੜੇ ਵਿਚਾਰੇ ਕੁਛ ਬੋਲਦੇ ਨਹੀਂ ਤੁਸੀਂ ਤੁਸੀਂ ਕੰਮ ਹੀ ਫੜ ਲਿਆ ਜਿਨ੍ਹਾਂ ਦਾ ਘਰ ਹੀ ਦੂਜਿਆਂ ਦੇ ਮਜ਼ਾਕ 'ਤੇ ਚੱਲਦਾ ਪਿਆ ਪੁੱਤ ਉਹ ਦਿਨ ਦੂਰ ਨਹੀਂ ਜਿੱਦਣ ਤੇਰੀ ਆਪ ਦੀ ਧੀ ਦੀ ਫੋਟੋ ਪੈ ਜੂਗੀ ਉਹਦੇ 'ਤੇ ਤੈਨੂੰ ਆਪ ਨੂੰ ਹੀ ਪਾਣੀ ਪੈ ਜੂਗੀ ਆਪ ਦੀ ਧੀ ਦੀ ਤੈਨੂੰ ਪਾਣੀ ਪੈ ਜੂਗੀ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉਹਦੇ ਤਾਂ ਰੋਜ਼ ਕਿੱਸੇ ਨਵੇਂ ਸੁਣਨ ਨੂੰ ਮਿਲਦੇ ਨੇ ਸ਼ਰੇਆਮ ਮੈਂ ਕਹਿੰਦੀ ਹਾਂ ਜੇ ਮੈਂ ਚੁੱਪ ਕਰਕੇ ਬੈਠੀ ਤਾਂ ਮਤਲਬ ਇਹ ਨਹੀਂ ਹੈਗਾ ਪਰ ਹੁਣ ਉਹਨੇ ਅੱਤ ਕਰਤੀ ਹੁਣ ਟੂ ਮੱਚ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਹੁਣ ਉਹਦਾ ਮੇਰੇ ਵੀ ਭਰਾ ਨੇ ਮੇਰੇ ਮੂਹਰੇ ਵੀ ਪਰਿਵਾਰ ਹੈ ਠੀਕ ਹੈ ਕੁੜੀਆਂ ਦੇ ਇਹੋ ਜਿਹੇ ਲੱਛਣ ਨਹੀਂ ਹੁੰਦੇ ਹੈਗੇ ਜਿਹੋ ਜਿਹੀ ਉਹ ਕਰਦੀ ਫਿਰਦੀ ਆ ਜੱਟ ਵੀ ਲਾਈਕ ਵਾਲਾ ਬਕਵਾਸ ਕਰ ਰਿਹਾ ਕਿ ਜੀ ਮੈਂ ਪੇਜਾਂ 4 ਪੇਜਾਂ ਵਾਲਿਆਂ ਨਾਲ ਉਹਨੂੰ ਲੱਗਦਾ ਉਹ ਹੌਸਲਾ ਦੇ ਦਿੰਦੇ ਨੇ
तू तेरे तेनू देसी बिलाई वाले ने जब तेरिया पूंछा चकाइया जब तक तेन राह ना लभ्या। ਜਿਹੜੀ ਕਹਿੰਦੀ ਲਾਈਕ ਡਿਸਲਾਈਕ ਲਾਈਕ ਡਿਸਲਾਈਕ, ਫਿਰ ਜੇ ਉਸ ਹਿਸਾਬ ਨਾਲ ਆਵੇ ਫਿਰ ਤਾਂ ਸਾਰੀ ਇੰਡਸਟਰੀ ਤੇਰੇ ਬਾਰੇ ਰੋਜ਼ ਦਸ ਦਸ ਗੱਲਾਂ ਬੋਲੇ, ਹਰ ਰੋਜ਼ ਦਸ ਦਸ ਗੱਲਾਂ ਬੋਲੇ। ਕਿਹੜਾ ਕਿੱਸਾ ਨਹੀਂ ਹੈ ਤੇਰਾ, ਚੱਲ ਦੱਸ ਕਿਹੜਾ ਕਿੱਸਾ ਨਹੀਂ ਹੈ ਤੇਰਾ। ਹਰ ਰੋਜ਼ ਮਤਲਬ 10 ਕਿੱਸੇ ਹੋਣ ਫਿਰ, ਪਰ ਤੈਨੂੰ ਫਰਕ ਨਹੀਂ ਨਾ ਪੈਂਦਾ, ਤੈਨੂੰ ਸ਼ਰਮ ਹੀ ਨਹੀਂ ਹੈਗੀ। ਸ਼ਰਮ ਨਾਮ ਦੀ ਇੱਕ ਚੀਜ਼ ਹੁੰਦੀ ਨਾ, ਹਰੇਕ ਏਰੀਏ 'ਚ ਇੱਕ ਇਹੋ ਜਿਹੀ ਜਨਾਨੀ ਹੁੰਦੀ ਹੈ ਨਾ ਜਿੱਤੋਂ ਸਾਰੇ ਲੋਕ ਜਿਹਦੇ ਘਰ ਮੂਹਰੋਂ ਵੀ ਲੰਘਣਾ ਪਸੰਦ ਨਹੀਂ ਕਰਦੇ, ਉਹ ਹੈ ਤੂੰ, ਉਹ ਹੈ ਤੂੰ। ਮੈਂ ਬੈਠੀ ਹਾਂ, ਮੈਂ ਸੋਚ ਰਹੀ ਹਾਂ ਵੀ ਚੱਲ ਕਾਹਨੂੰ 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 ਕਾਹਨੂੰ, ਬਟ ਨਹੀਂ, ਤੈਨੂੰ ਫੇਮ ਚਾਹੀਦਾ ਸੀਗਾ, ਤੂੰ ਹੱਸ ਰਹੀ ਹਾਂ ਹੀ ਯੂਟਿਊਬ ਤੇ ਪੈ ਗਿਆ, ਇਹ ਵੀ ਯੂਟਿਊਬ ਤੇ ਪਊਗਾ ਹੁਣ। ਚੱਕ ਕੇ ਗਾਣੇ ਦੇਖ ਲੈ, 35-40 ਗਾਣੇ ਸੁਪਰ ਡੁਪਰ ਹਿੱਟ ਹੀ ਨੇ। ਆ ਜਿਹੜੇ ਬਕਵਾਸ ਕਰਦੇ ਨਾ ਕੁੱਕੂ ਛੁੱਕੂ ਸਾਲੇ, ਉਹ ਇੰਡੀਆ ਬੜੇ ਹੋ, ਤੁਹਾਨੂੰ ਟਕਰਾਉਂਗੀ ਮੈਂ ਕੁੱਕੂ ਜਿਹੜਾ ਜਿਹੜਾ ਬੈਠਾ ਉੱਥੇ। ਵਾਹਿਗੁਰੂ ਮੇਰੇ ਮੂੰਹੋਂ ਨਾ ਗਾਲ ਨਾ ਹੀ ਕਢਾਵੇ। ਤੀਹ 3 ਲੱਖ ਫੋਲੋਅਰ ਚੱਕੀ ਫਿਰਦਾ ਉਹ ਪੜੋਲੇ ਵਰਗਾ, ਆਇਆ ਨਿਊ ਜਰਸੀ ਬੇਬੀ ਯੇ ਵੋ ਫਲਾਣਾ ਟਿਮਕਾਣਾ, ਜਿਨ੍ਹਾਂ ਦੀ ਤੂੰ ਗੱਲਾਂ ਕਰਦਾ ਆ ਤੂੰ, ਚੱਲ ਤੈਨੂੰ ਕੀ ਕਹਿਣਾ ਆ, ਤੇਰਾ ਤਾਂ ਮੂੰਹ ਤੇ ਫਿੱਟੇ ਮੂੰਹ ਲਿਖਿਆ, ਮੂੰਹ ਤੇ ਫਿੱਟੇ ਮੂੰਹ ਲਿਖਿਆ।